ਲੱਗਣਾ ਵੀ ਇੱਥੇ ਬੱਚੀ ਸੀ ਨਹੀਂ ਤੁਸੀਂ ਪੀ ਗਏ ਜੀ ਅਸੀਂ ਸ਼ਰਮ ਦੇ ਬਾਰੇ ਬੋਲਣਾ ਨਾ ਮੈਡਮ ਸ਼ਰਮ ਪੀ ਕੇ ਹੋ ਗਏ ਕਿਉਂਕਿ ਬਹੁਤ ਸਾਰੀਆਂ ਯਾਦਾਂ ਨੇ ਗੱਲ ਇਹ ਆ ਵੀ ਜਦੋਂ ਮੈਂ ਇਹਨਾਂ ਨੂੰ ਸਕੂਟਰ ਤੇ ਘਰੇ ਛੱਡ ਕੇ ਜਾਂਦਾ ਸੀ ਤੁਰ ਕੇ ਵੀ ਤਾਂ ਮੈਂ ਹੀ ਜਾਂਦਾ ਸੀ ਉੱਥੇ ਦਫ਼ਤਰਾਂ ਚ ਇੱਕ ਵਾਰੀ ਇਹਨਾਂ ਦੇ ਚਮਕਰੇ ਮੈਂ ਨਵਾਂ ਨਵਾਂ ਸਕੂਟਰ ਲਿਆ ਤੇ ਮੈਂ ਚਮਕੀਲੇ ਦੇ ਨਾਲ ਆ ਗਿਆ ਉਹ ਸ਼ਤਾਰ ਸੀ ਥੋੜ੍ਹਾ ਜਿਹਾ ਜਦੋਂ ਸ਼ਰਾਬੀ ਹੋ ਜਾਂਦਾ ਫਿਰ ਆਪਦਾ ਪੈਕ ਘੱਟ ਲੈਂਦਾ ਕੱਟ ਕੱਟ ਕਰ ਲੈਂਦਾ ਦੂਜੇ ਨੂੰ ਵੱਧ ਪਾਉਣ ਲੱਗ ਜਾਂਦਾ ਸੀ ਤਮਾਸ਼ਾ ਦੇਖਦਾ ਸੀ ਤੇ ਮੈਂ ਇਸ ਬੋਰਡ ਦੇ ਪਰਲੇ ਬੰਨੇ ਅੱਗੇ ਡਿੱਗ ਪਿਆ ਮੇਰਾ ਹੱਥ ਟੁੱਟ ਗਿਆ ਤੇ ਮੈਨੂੰ ਕਹਿੰਦਾ ਅੱਜ ਨਹੀਂ ਪੀਣੀ ਮੈਂ ਕਿਹਾ ਇਹਨੂੰ ਠੀਕ ਲੈਂਦੇ ਜਦੋਂ ਜਿੱਦਾਂ ਦੂਜਾ ਤੋੜਨਾ ਹੋਊਗਾ ਉਦੋਂ ਤੇਰੇ ਨਾਲ ਪੀਊਂਗਾ ਇਹ ਇੱਕ ਵਾਰੀ ਇਹਨਾਂ ਨੇ ਮੇਰਾ ਸਕੂਟਰ ਤੋੜ ਦਿੱਤਾ ਤੇ ਮੈਂ ਇਹਨੂੰ ਕਿਹਾ ਦੂਜੇ ਦਿਨ ਮੈਂ ਕਿਹਾ ਸਕੂਟਰ ਤੋੜਿਆ ਨੇ ਕਹਿੰਦੇ ਨਹੀਂ ਜੀ ਤੁਸੀਂ ਸਕੂਟਰ ਸਾਰੇ ਡਿੱਗ ਪਏ ਸੀ ਅਸੀਂ ਚੱਕਿਆ ਮੈਂ ਫਿਰ ਚੁੱਪ ਕਰ ਗਿਆ ਮੈਂ ਕਿਹਾ ਮੇਰੀ ਗਲਤੀ ਹੋ ਗਈ ਇਹ ਐਸੇ ਬਦਮਾਸ਼ ਨੇ ਪਰ ਬਾਪਾ ਤੁਹਾਡੀ ਇਸ ਭਗਤੀ ਨੂੰ ਕਿਉਂਕਿ ਸੇਵਾ ਹੁੰਦੀ ਆ ਉਸਤਾਦਾਂ ਦੀ ਅੱਜ ਕੱਲ੍ਹ ਕਿਹੜਾ ਉਸਤਾਦ ਆ ਅਤੇ ਕਿਹੜਾ ਸ਼ਿਗਰਦ ਆ ਅੱਜ ਕੱਲ੍ਹ ਇੱਕ ਘੰਟਾ ਉਸਤਾਦ ਨੂੰ ਪਾਣੀ ਪਾਉਂਦੇ ਦੂਜੇ ਦਿਨ ਕਿਤੇ ਰਿਕਾਰਡ ਕਰਾਏਗਾ ਕਿ ਨਹੀਂ ਕਰਾਏਗਾ ਇਹਦੇ ਪੱਗ ਮੋੜ ਸਾਨੂੰ ਕਾਲੀ ਕੋਈ ਹੋਰ ਬਥੇਰੇ ਉਸਤਾਦ ਕਰਦੇ ਇੱਥੇ ਇਹ ਬਹੁਤ ਸਾਰੇ ਕੋਈ ਪਰੰਪਰਾ ਹੁੰਦੀ ਸੀ ਮੈਂ ਇੱਕ ਸਾਡੇ ਕਲਾਕਾਰਾਂ ਨੂੰ ਸਾਡੇ ਵੀਰਾਂ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਲੋਕ ਉਸਤਾਦਾਂ ਦੀ ਸੇਵਾ ਕਰਦੇ ਆ ਜਿਨ੍ਹਾਂ ਨੇ ਉਹਨਾਂ ਦੇ ਬਹਿ ਕੇ ਉਹਨਾਂ ਕੋਲ ਸਿੱਖਿਆ ਇਹ ਨਹੀਂ ਵੀ ਮਿਊਜ਼ਿਕ ਸਿੱਖਿਆ ਸਾਡੇ ਸੁਖ ਚਮਕੀਲਾ ਜੀ ਆਏ ਸਾਡੇ ਐਸ ਐਚ ਓ ਸਾਹਿਬ ਤਸ਼ਰੀਫ ਲੈ ਨੇ ਸਿੱਧਰ ਕੁਮਾਰ ਜੀ ਜ਼ੋਰਦਾਰ ਤਾੜੀਆਂ ਮਾਰ ਦੂ ਉਹਨਾਂ ਦਾ ਆਉਣ 'ਤੇ ਬਹੁਤ ਬਹੁਤ ਸਵਾਗਤ ਕਿਉਂਕਿ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਆ ਉਹ ਸਾਰੇ ਬਹੁਤ ਸਾਰੇ ਕਲਾਕਾਰ ਮੇਰੇ ਵੀਰ ਇੱਥੇ ਨੇ ਮੈਂ ਸਾਰਿਆਂ ਦਾ ਇੱਥੇ ਦੀਪਾ ਜੀ ਤੁੰਬੀ ਵਾਲੇ ਉਹ ਵੀ ਆਏ ਨੇ ਮੈਂ ਇੱਥੇ ਦੇਖਦਾ ਸੀ ਜੱਸੀ ਹੋਣੀ ਕਿਉਂਕਿ ਬਹੁਤ ਸਾਰੇ ਕਲਾਕਾਰ ਪਾਲੀ ਜੀ ਅਤੇ ਮੈਂ ਬਾਈ ਜੀ ਦੇ ਨਾਲ ਰਹੇ ਹਾਂ ਕਿਉਂਕਿ ਬਹੁਤ ਸਾਰੀਆਂ ਯਾਦਾਂ ਨੇ ਇੱਕ ਵਾਰੀ ਪਾਲੀ ਅਤੇ ਮੈਂ ਕਿਉਂਕਿ ਪਾਲੀ ਪਹਿਲਾਂ ਧੀਆਂ ਭੈਣ ਵਾਲੇ ਗਾ ਕੇ ਮੈਨੂੰ ਪੰਗਾ ਖੜ੍ਹਾ ਕਰ ਗਿਆ ਕਿਉਂਕਿ ਮੇਰਾ ਸੁਭਾਅ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਗਾਗਾ ਮੇਰਾ ਛੋਟਾ ਭਰਾ ਆ ਇੱਕ ਵਾਰੀ ਮੈਂ ਅਤੇ ਪਾਲੀ ਚਲੇ ਗਏ ਉਹਨੇ ਸਟੇਜ ਰਾਹੀ ਸਾਹਿਬ ਵਰਗੇ ਨੇ ਸਟੇਜ ਸੈਕਟਰ ਕਰਤੀ ਵੀ ਇਹ ਪੰਜਾਬ ਦੇ ਸੱਭਿਆਚਾਰ ਦੇ ਰੱਖਿਆ ਗਏ ਇਹ ਮਾਵਾਂ ਧੀਆਂ ਦੇ ਗੀਤ ਗਾਉਂਦੇ ਮੈਂ ਕਿਹਾ ਮੈਂ ਤਾਂ ਭਾਬੀਆਂ ਵਾਲੇ ਵੀ ਗਾਉਣਾ ਦਰੋਲ ਉਹ ਭੁਗਤ ਗਿਆ ਹੁਣ ਮੇਰੀ ਵਾਰੀ ਆ ਮੇਰਾ ਛੋਟਾ ਭਰਾ ਆ ਇਹ ਸ਼੍ਰੋਮਣੀ ਗਾਇਕ ਦਾ ਖਿਤਾਬ ਮਿਲਿਆ ਜ਼ੋਰਦਾਰ ਤਾੜੀਆਂ ਮਾਰ ਲਓ ਮਿਲਦਾ ਤਾਂ ਮੈਨੂੰ ਸੀ ਵੱਡਾ ਸੀ ਲੈ ਗਿਆ ਇਹ ਸ਼ੈਤਾਨ ਆ ਕੋਈ ਨੇ ਕਾਕਾ ਅਗਲੀ ਵਾਰੀ ਮੈਂ ਲੈ ਜੂਗੀ ਕਿਹੜੀ ਗੱਲ ਆ ਇਹ ਕਿਹੜਾ ਮੂਲੀਆਂ ਬਾਅਦ ਉੱਗਣੀਆਂ ਨੇ ਦੁਬਾਰਾ ਸਪੈਰ ਪੱਟ ਲੂ ਕਿਤੇ ਇੱਕ ਵਾਰੀ ਤਾੜੀ ਮਾਰ ਦਿਓ ਕਿਉਂਕਿ ਇੱਕ ਗੀਤ ਮੈਂ ਗਾਉਣ ਲੱਗਿਆ ਬਾਈ ਜੀ ਦਾ ਉਹ ਬੱਲੇ ਉਹ ਕੁੱਕੀ ਇਹ ਚਮਕੀਲਾ ਸਾਹਿਬ ਦਾ ਮੈਨੇਜਰ ਆ ਗਿਆ ਲੈਣ ਆਇਆ ਕਿ ਦੇਣ ਆਇਆ ਨਹੀਂ ਹੱਸਦੇ ਹੱਸਦੇ ਆ ਹੱਸਦੇ ਹੱਸਦੇ ਆ ਇੱਕ ਵਾਰੀ ਇਹ ਇੱਕ ਹਾਸੇ ਵਾਲੀ ਗੱਲ ਹੋਰ ਦੱਸਾਂ ਪਹਿਲਾਂ ਚਮਕੀਲਾ ਜੀ ਦਾ ਸੈਕਟਰੀ ਸੀ ਬਾਅਦ 'ਚ ਮੇਰਾ ਸੈਕਟਰੀ ਬਣ ਗਿਆ ਅਤੇ ਇਹਨੂੰ ਸ਼ਰਾਬ ਪੀਣ ਦੀ ਆਦਤ ਸੀ ਇੱਕ ਦਿਨ ਮੈਂ ਸ਼ਾਮ ਨੂੰ ਘਰ ਰੋਣ ਲੱਗਾ ਸ਼ਰਾਬੀ ਹੋਇਆ ਰੱਜਿਆ ਬੈਠਾ ਪਿੱਛੇ ਅਤੇ ਮੈਨੂੰ ਕਹਿੰਦਾ ਜੀ ਤੁਸੀਂ ਜਾਣਾ ਦੁਗਰੀ ਨੂੰ ਮੈਂ ਹਾਂ ਕਹਿੰਦਾ ਮੈਂ ਵੀ ਚੱਲਾਂ ਮੈਂ ਕਿਹਾ ਕਾਕਾ ਕਾਰ 'ਚ ਪਿੱਛੇ ਤੂੰ ਬਹਿ ਜਾ ਅਤੇ ਪਿੱਛੇ ਕਾਰ 'ਚ ਇਹ ਬਹਿ ਗਿਆ ਉਹ ਕੁੱਕੀ ਮੇਰੀ ਗੱਲ ਸੁਣ ਕੇ ਜਾਏ ਪੁੱਤ ਇਹ ਕਾਰ ਦੇ ਪਿੱਛੇ ਬਹਿ ਗਿਆ ਅਤੇ ਜਦੋਂ ਮੈਂ ਕਾਰ ਚਲਾ ਰਿਹਾ ਸੀ ਇਕੱਲਾ ਮਗਰ ਮਾਲਕ ਬੈਠਾ ਸੀਟ 'ਤੇ ਬੈਠਾ ਇਹਨੂੰ ਭੁੱਲ ਗਿਆ ਵੀ ਪੂਰੇ ਕਾਰ ਕੌਣ ਚਲਾਉਂਦਾ ਜੋ ਠੇਕਿਆ ਮੈਨੂੰ ਕਹਿੰਦਾ ਕਾਰ ਰੋਕ ਹੋਏ ਮੈਂ ਦੇਖਾਂ ਵੀ ਕੁੱਕੀ ਨੂੰ ਕੀ ਹੋ ਗਿਆ ਚੰਗਾ ਭਲਾ ਕੁੱਕੀ ਹੁੰਦਾ ਸੀ ਕਹਿੰਦਾ ਕਾਰ ਰੋਕ ਸੁਣਿਆ ਨਹੀਂ ਗਾ ਮੈਂ ਫਿਰ ਮੈਂ ਕਿਹਾ ਚਲੋ ਉਲਟੀ ਆਉਂਦੀ ਹੋਈ ਇਹਨੂੰ ਮੈਂ ਕਿਹਾ ਕੋਈ ਨਹੀਂ ਰੋਕਦਾ ਕਹਿੰਦਾ ਤੈਨੂੰ ਕਿਹਾ ਤਾਂ ਕਾਰ ਰੋਕਦਾ ਨਹੀਂ ਤੂੰ ਮੈਂ ਜੇ ਪਿੱਛੇ ਨੇ ਕਿਹਾ ਮੈਂ ਕੀ ਬੋਲਦਾ ਵਾ ਕਹਿੰਦਾ ਜੀ ਗਲਤੀ ਹੋ ਗਈ ਚਲਾਈ ਜਾਓ ਮੈਂ ਤਾਂ ਹੋਰ ਕੁਛ ਕਹਿੰਦਾ ਸੀ ਇਹਨੂੰ ਮਾਲਕ ਭੁੱਲ ਜਾਂਦਾ ਅੱਜ ਠੀਕ ਆ ਹਾਲਾਤ ਅੱਜ ਵੀ ਠੀਕ ਨਹੀਂ ਲੱਗਦੇ ਚਲੋ ਕੋਈ ਗੱਲ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਤੈਨੂੰ ਸਮੱਧਿਆ ਬਖਸ਼ੇ ਇਹ ਗੀਤ ਬਾਈ ਜੀ ਨੇ ਬਹੁਤ ਸਾਰੇ ਧਾਰਮਿਕ ਗੀਤ ਗਾਏ ਉਹ ਬੱਲੇ ਉਹ ਬੱਲੇ ਉਹ ਤੇਰਾ ਭਲਾ ਇਹ ਕੋਈ ਜ਼ੋਰਦਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਇਹ ਬਾਈ ਜੀ ਫਿਰਤਪਾਲੀ ਢੱਕਣ ਸਾਹਿਬ ਨੇ ਜੇ ਬਾਈ ਜੀ ਦੇ ਨਾਲ ਜ਼ਿੰਦਗੀ ਦਾ ਬਹੁਤ ਸਫ਼ਰ ਕੀਤਾ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਰਿਕਾਰਡਿੰਗ ਲਲਕਾਰਾ ਇਹਨੇ ਮਾਰਿਆ ਇੱਕ ਤਾੜੀਆਂ ਮਾਰ ਦਿਓ ਢੱਕਣ ਭਰਿਆ ਦਰਸ਼ਨ ਦੇ ਵਾਕਈ ਬਹੁਤ ਕਈ ਕਈ ਕਲਾਕਾਰ ਐਸੇ ਹੁੰਦੇ ਆ ਜਿਹੜੇ ਹਿਸਟਰੀ 'ਚ ਪੈਦਾ ਕਰ ਜਾਂਦੇ ਆ ਕਿਉਂਕਿ ਇਹਦੇ ਜਿਹੜੇ ਚੰਗੇ ਲੋਕਾਂ ਦੀ ਸੰਗਤ ਕਰਨੀ ਬਹੁਤ ਵੱਡੀ ਗੱਲ ਹੁੰਦੀ ਆ ਇਹ ਕਿਸੇ ਕਿਸੇ ਦੇ ਨਸੀਬ ਹੁੰਦਾ ਲੋਕ ਅੱਜ ਦੇਖਣ ਨੂੰ ਤਰਸਦੇ ਚਮਕੀਲਾ ਕਿਹੋ ਜਿਹਾ ਸੀ ਉਹ ਕਿੱਦਾਂ ਗਾਉਂਦਾ ਸੀ ਕਿੱਦਾਂ ਫਿਰਦਾ ਸੀ ਇਹ ਲੋਕ ਨੇ ਜਿਹੜੇ ਦਿਨ ਰਾਤ ਉਹਨਾਂ ਦੇ ਨਾਲ ਰਹੇ ਇਹ ਸਾਡੀ ਭੈਣ ਜੀ ਜਿਹਨੇ ਜ਼ਿੰਦਗੀ ਦਾ ਸਫ਼ਰ ਕੱਟਿਆ ਗੁਰਮੇਲ ਜੀ ਹੋਣਾ ਨੇ ਉਹਨਾਂ ਦੇ ਪਰਿਵਾਰ ਨੇ ਸਾਰਾ ਪਰਿਵਾਰ ਸੁਖੀ ਵੱਸਦਾ ਰਹੇ ਇੱਕ ਬਾਈ ਜੀ ਦਾ ਗੀਤ ਸੀ ਕਿਉਂਕਿ ਪਾਲੀ ਮੇਰਾ ਛੋਟਾ ਵੀਰ ਹੈ ਮੈਂ ਹੱਸ ਜੋ ਮਰਜ਼ੀ ਕਰਾਂ ਮੈਨੂੰ ਸੰਗੇ ਭਰਾ ਤੋਂ ਵੱਧ ਆ ਉਹਨਾਂ ਦਾ ਗੀਤ ਇੱਕ ਗਾ ਕੇ ਗਏ ਨੇ ਧਾਰਮਿਕ ਮੇਰਾ ਵੀ ਜੀ ਕਰਦਾ ਧਾਰਮਿਕ ਗੀਤ ਗਾਵਾਂ
क्योंकि जो खाड़े बाई जी ने कराई सी चमकीला जी ने धार्मिक तारिया की लोए लोए तुरते फट करना चाहे किकर भी गाँव होता जिद रिकॉर्डिंग हुई दिल्ली मैं उत्थे रिकॉर्डिंग पे सी मैं जो सुनिया रिकॉर्ड ऊर्जा साहब सारे सुन लगे टेक करके तो इन्ना खूबसूरत रिकॉर्ड होया इन्ना वधिया उन्होंने गाया इन्ना वधिया ऊर्जा साहब ने म्यूजिक किया भी उस गीत का कोई सानी गीत नहीं है तुम सुन के देखो कि अब 30-35 साल की गल है उस गीत अज रिकॉर्ड करवाना बहुत मुश्किल है चोर फड़िया गया मैंने कहता तुम चेता भुल गया स्कूटर से मैं तोड़िया सारे पैसे तो किसी ने नहीं दिते पैसे रिपेयर तो मैनू करवानी पी है रहा वे चीज है कहना तुम कार तू जो वकीला ब्रेक मारती बिच मैं मारता चलो काका साड़ी गलती है तुम कोई गलती तुम सारे चंगे हो एक मैं गीत गा देवा पंजवा गा दे बड़ा शुक्रिया पट्टी देसी करती भी सोचती सी चुनी जावा तैरती मैं नोचती सी चुनी जावा छोटे जी बहुत सारा प्यार देखे ने बहुत बहुत शुक्रिया बहुत प्यारे मित्र ने बहुत बड़े समाज सेवक ने शुक्रिया चार तक आगे को जाया खुशी पति दिता दिते माता गुजरी कमा माता गुजरी कमा बेनती करा कि भाई जी ने बहुत सारे गीत लिखे हम गीत लिखण का बहुत बल सी क्योंकि असं कहीं इकट्ठे डिस्कस कर लेते थी कभी मैं टिचरा करता सी कूद धार्मा गाने लग जा मैं क्या की गल हो गई क्या कहीं करारा मन दिखता ही नहीं गा मैं क्या मेरा माड़ी मोटर सड़ना भरावा मैं करारे जोगा है नहीं गा तो मैं कहता फिर दाड़ी रख ला मैं वक्त आऊंगा वह भी कर लाँगे पर गीतों से फिर एक गीत बहालवीर साहब का साडे परिवार का मैंबर है वह भी वह लिखा गीत है यह पहला गीत है धार्मिक गीत जिसे रोमांटिक गल्लां कीतियां रोमांटिक।